ਬੰਦੀ ਵੀਕੇ ਜੂ ਇੱਕ ਤਗੜਾ ਹਾਂ ਸੋ ਭਰਾਵੋ ਫੇਰ ਵੀ ਨਹੀਂ ਖੜਿਆ CAA ਸਿਟੀਜਨ ਅਮੈਂਡਮੈਂਟ ਐਕਟ ਸੋਧ ਬਿੱਲ ਨਾਗਰਿਕਤਾ ਸੋਧ ਬਿੱਲ ਇਹ ਬਣਾ ਰਿਹਾ NRC ਨਾਗਰਿਕਤਾ ਰਜਿਸਟਰ ਲਾਗੂ ਕਰ ਰਿਹਾ ਹੈ ਮੁਸਲਮਾਨਾਂ ਦੇ ਸ਼ਹੀਦ ਬਾਗ ਦੇ ਵਿੱਚ ਕਿੰਨਾ ਜ਼ੁਲਮ ਕੀਤਾ ਗਿਆ ਉਹਨਾਂ ਨੇ ਜੁਨਾ ਬਲਾਕੀਆਂ ਦੇ ਵਿੱਚ ਕਿੰਨੇ ਮੁਸਲਮਾਨ ਵਿਦਿਆਰਥੀਆਂ ਨੂੰ ਭਾਜਪਾ ਦੇ ਗੁੰਡਿਆਂ ਵੱਲੋਂ ਕੁੱਟਿਆ ਗਿਆ ਲੁੱਟਿਆ ਗਿਆ ਇਹ ਚਾਲਾਂ ਨੇ ਮੋਦੀ ਦੀਆਂ ਉਸ ਤੋਂ ਬਾਅਦ ਫਿਰ ਕੀ ਕੀਤਾ ਇਸ ਮੋਦੀ ਨੇ ਸਾਡੇ ਕਿਸਾਨਾਂ ਦੇ ਵੋਟ ਦਾ 3 ਆਰਡੀਨੈਂਸ ਲਿਆਂਦੇ MSP ਮੰਡੀਆਂ ਤੋੜਨ ਦਾ ਖੇਤੀ ਦਾ ਠੇਕਾਕਰਨ ਕਰਨ ਦਾ ਬਿਜਲੀ ਐਕਟ 2020 2020 ਜਿਹਦੇ ਆਉਣ ਨਾਲ ਇਹ ਬਿਜਲੀ ਸਾਰੀ ਭਰਾਵੋ ਸੈਂਟਰ ਕੋਲ ਜਾਣੀ ਹੈ ਸੈਂਟਰ ਦਾ ਕਬਜ਼ਾ ਹੋਣਾ ਇਹ ਵੀ ਇੱਕ ਵੱਡੀਆਂ ਕੰਪਨੀਆਂ ਦੀ ਚਾਲ ਹੈ ਅਡਾਨੀਆਂ ਅੰਬਾਨੀਆਂ ਦੀ ਚਾਲ ਹੈ ਵੀ ਜੇ ਇੱਥੇ ਅਸੀਂ ਜ਼ਮੀਨ ਲੈ ਲੈਂਦੇ ਹਾਂ ਫਾਰਮ ਬਣਾ ਲੈਂਦੇ ਹਾਂ ਫਿਰ ਸੂਬਾ ਸਰਕਾਰਾਂ ਸਾਨੂੰ ਲਾਈਟ ਦੇਣ ਨਾ ਦੇਣ ਬਿਜਲੀ ਜਾਂ ਮਹਿੰਗੇ ਦਰਾਂ ਦੇ ਦੇਣ ਇਸ ਲਈ ਸੂਬੇ ਦਾ ਪਹਿਲਾਂ ਸੈਂਟਰ ਦਾ ਕੰਟਰੋਲ ਹੋਣਾ ਚਾਹੀਦਾ ਹੈ ਇਹ ਵੀ ਇਹਨਾਂ ਦੀਆਂ ਚਾਲਾਂ ਨੇ ਫਾਰਮ ਵਾਲਿਆਂ ਦੀਆਂ ਹੈਲੋ ਇਸ ਲਈ ਭਰਾਵੋ ਅੱਜ ਵੱਡੀ ਪੱਧਰ ਦੇ ਵਿੱਚ ਪੰਜਾਬ ਬੰਦ ਹੈ ਦੁਕਾਨਾਂ ਬੰਦ ਨੇ ਆਪਣੀ ਜਥੇਬੰਦੀ ਵੱਲੋਂ ਦੁਕਾਨ ਟੂ ਦੁਕਾਨ ਜਾ ਕੇ ਹੱਥ ਬੰਨ ਕੇ ਬੇਨਤੀ ਕੀਤੀ ਗਈ ਹੈ ਭਰਾਵੋ ਸਭ ਕੁਝ ਲੁੱਟਿਆ ਪੁੱਟਿਆ ਜਾ ਰਿਹਾ ਹੈ ਕਿਸਾਨ ਚੱਲਿਆ ਗਿਆ ਨਾਲ ਮਜ਼ਦੂਰ ਵੀ ਟਰਾਂਸਪੋਰਟ ਵੀ ਛੋਟੀਆਂ ਦੁਕਾਨਾਂ ਵਾਲੇ ਹਲਵਾਈ ਵੀ ਖਰਾਦ ਵਾਲੇ ਵੀ ਹੋਰ ਵੀ ਮੇਰੇ ਭਰਾ ਗਾਉਣ ਵਾਲੇ DJ ਵਾਲੇ ਆਰਕੈਸਟਰ ਵਾਲੇ ਜੇ ਕਿਸਾਨ ਕੋਲ ਕੁਝ ਨਾ ਰਿਹਾ ਇਹ ਕਿੱਧਰ ਜਾਣਗੇ ਜੇ ਕਿਸਾਨ ਨੂੰ ਖੁਸ਼ੀ ਨਾ ਹੋਈ ਤੁਹਾਨੂੰ ਕਿਹਨੇ ਪੁੱਛਣਾ ਹੈ ਇਸ ਲਈ ਭਰਾਵੋ ਇਸ ਐਕਟ ਦੀਆਂ ਵੱਡੀਆਂ ਮਾਰਾਂ ਨੇ ਇਸ ਐਕਟ ਦਾ ਜਿਹੜਾ ਆਰ ਹੈ ਇਹਨਾਂ ਆਰਡੀਨੈਂਸਾਂ ਦਾ ਉਹ ਸਭ ਤੇ ਚੱਲਣਾ ਹੈ ਇਕੱਲੇ ਕਿਸਾਨਾਂ ਦੇ ਨਹੀਂ ਇਸ ਲਈ ਭਰਾਵੋ ਸਾਡੇ ਜਾਣ ਦੇ ਨਾਲ ਪਾਰਲੀਮੈਂਟ ਬਰਨਾਲਾ ਵਾਲੇ ਪਿੰਡਾਂ ਵਿੱਚ ਮੋਰਚੇ ਲਾਉਣ ਦਾ ਫਾਇਦਾ ਕੀ ਹੈ ਅਸੀਂ ਕਿਹਾ ਵੀ ਫਾਇਦਾ ਬਾਅਦ ਦੇ ਵਿੱਚ ਪਤਾ ਲੱਗੂ ਉਹ ਪਿੰਡਾਂ ਵਾਲੇ ਮੋਰਚਿਆਂ ਨੇ ਦੇਖੋ ਕਰ ਕੀ ਦਿੱਤਾ ਅੱਜ ਹਜ਼ਾਰਾਂ ਲੱਖਾਂ ਨੌਜਵਾਨ ਉੱਠੇ ਨੇ Thank you.